ਜੈਨ ਹੈਲਥ ਬਾਰੇ ਸਭ ਜਾਣਨਾ ਚਾਹੁੰਦੇ ਨੇ ਪਰ ਇਹ ਨਹੀਂ ਪਤਾ ਕਿ ਕਿਸ ਨਾਲ ਗੱਲ ਕਰਨ। ਸੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵਜਾਈਨਲ ਡਿਸਚਾਰਜ ਬਾਰੇ ਜਾਂ ਫਿਰ ਲਿਊਕੋਰੀਆ ਤੁਸੀਂ ਆਮ ਤੌਰ ਤੇ ਜ਼ਰੂਰ ਸੁਣਿਆ ਹੋਏਗਾ। ਮੈਂ ਹਾਂ ਡਾਕਟਰ ਸ਼ਿਵਾਨੀ ਗਰਗ। ਸੋ ਕੁਛ ਵਜਾਈਨਲ ਡਿਸਚਾਰਜ ਦਾ ਹੋਣਾ ਬਿਲਕੁਲ ਨੋਰਮਲ ਹੈ ਕਿਉਂਕਿ ਵਜਾਈਨਲ ਡਿਸਚਾਰਜ ਜੋ ਹੈ ਇੱਕ ਬੋਡੀ ਦਾ ਤਰੀਕਾ ਹੈ ਬੋਡੀ ਦੇ ਵਿੱਚੋਂ ਬੈਕਟੀਰੀਆ ਕੱਢਣ ਦਾ ਤੇ ਡੈਡ ਸੈਲਸ ਨੂੰ ਰਿਮੂਵ ਕਰਨ ਦਾ। ਸੋ ਇਹ ਜਿਹੜਾ ਨੋਰਮਲ ਬੋਡੀ ਡਿਸਚਾਰਜ ਹੈ ਜਾਂ ਨੋਰਮਲ ਦਾ ਵਜਾਈਨਲ ਡਿਸਚਾਰਜ ਹੈ ਇਹ ਇੱਕ ਕਲੀਅਰ ਲਿਕੁਇਡ ਵਾਂਗੂ ਰਿਮੂਵ ਹੁੰਦਾ ਹੈ ਤੇ ਇਹਦੇ ਵਿੱਚ ਕੋਈ ਸਮੈਲ ਜਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਆਪਣਾ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜਾ ਵਜਾਈਨਲ ਡਿਸਚਾਰਜ ਇਹੋ ਜਿਹਾ ਹੈ ਜੋ ਠੀਕ ਨਹੀਂ ਹੈ ਤੇ ਜੋ ਇਨਫੈਕਟਿਡ ਹੈ। ਸੋ ਜੋ ਵੀ ਡਿਸਚਾਰਜ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਆ ਰਿਹਾ ਹੈ ਜਾਂ ਜਿਹਦੇ ਨਾਲ ਕੋਈ ਸਮੈਲ ਆ ਰਹੀ ਹੈ ਜਾਂ ਜਿਹਦੇ ਕਰਕੇ ਕੋਈ ਤੁਹਾਨੂੰ ਨੀਚੇ ਵਜਾਈਨਲ ਇਚਿੰਗ ਹੋ ਰਹੀ ਹੈ ਜਾਂ ਫਿਰ ਕੋਈ ਯੂਰਿਨ ਪ੍ਰੋਬਲਮ ਨਾਲ ਆ ਰਹੀ ਹੈ ਜਿੱਦਾਂ ਯੂਰਿਨ ਦੇ ਵਿੱਚ ਜਲਨ ਹੋਣਾ ਜਾਂ ਯੂਰਿਨ ਦਾ ਬਾਰ ਬਾਰ ਆਉਣਾ ਜਾਂ ਫਿਰ ਪੇਟ ਦੇ ਨਿਚਲੇ ਹਿੱਸੇ ਦੇ ਵਿੱਚ ਦਰਦ ਹੋ ਰਿਹਾ ਹੈ ਜਾਂ ਬੈਕ ਪੇਨ ਹੋ ਰਹੀ ਹੈ। ਸੋ ਇਹ ਜਿਹੜੇ ਸਿਮਟਮਸ ਜੇ ਵਜਾਈਨਲ ਡਿਸਚਾਰਜ ਦੇ ਨਾਲ ਆ ਰਹੇ ਨੇ ਤਾਂ ਇਹ ਹੋ ਸਕਦਾ ਹੈ ਕਿ ਵਜਾਈਨਲ ਡਿਸਚਾਰਜ ਜਿਹੜਾ ਤੁਹਾਡਾ ਆ ਰਿਹਾ ਹੈ ਉਹ ਇਨਫੈਕਟਿਡ ਹੈ ਤੇ ਤੁਹਾਨੂੰ ਇਸ ਟਾਈਮ ਤੇ ਇੱਕ ਡਾਕਟਰ ਦੀ ਸਲਾਹ ਲੈਣਾ ਇੱਕ ਗਾਇਨੋਕੋਲੋਜਿਸਟ ਦੀ ਸਲਾਹ ਲੈਣਾ ਇਸ ਟਾਈਮ ਤੇ ਜ਼ਰੂਰੀ ਹੋ ਜਾਂਦਾ ਹੈ। ਸੋ ਜਿਹੜਾ ਇਹ ਵਜਾਈਨਲ ਡਿਸਚਾਰਜ ਹੈ ਇਹ ਕਿਉਂ ਇਨਫੈਕਟਿਡ ਕਿਉਂ ਹੋ ਜਾਂਦਾ ਹੈ? ਜਿਹੜੀ ਵਜਾਈਨਾ ਦੇ ਵਿੱਚ ਕੁਛ ਇਹੋ ਜਿਹੇ ਬੈਕਟੀਰੀਆ ਹੁੰਦੇ ਨੇ ਕੁਛ ਚੰਗੇ ਸੈਲਸ ਹੁੰਦੇ ਨੇ ਜੋ ਆਮ ਤੌਰ ਤੋਂ ਵਜਾਈਨਲ ਇਨਫੈਕਸ਼ਨ ਤੋਂ ਸਾਨੂੰ ਪ੍ਰੀਵੈਂਟ ਕਰਦੇ ਨੇ ਪਰ ਜਦੋਂ ਇਹ ਬੈਕਟੀਰੀਆ ਦਾ ਇਮਬੈਲੈਂਸ ਹੋ ਜਾਂਦਾ ਹੈ ਸਰੀਰ ਦੇ ਵਿੱਚ ਤਾਂ ਇਨਫੈਕਸ਼ਨ ਜ਼ਿਆਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਆਪਣੀ ਜਿਹੜੀ ਇਹ ਇਮਬੈਲੈਂਸ ਆਫ ਬੈਕਟੀਰੀਆ ਹੈ ਇਹ ਕਿਉਂ ਪ੍ਰੋਬਲਮ ਆਉਂਦੀ ਹੈ? ਦਿਸ ਇਜ਼ ਬਿਕੋਜ਼ ਆਫ ਡਾਇਟ ਜੰਕ ਈਟਿੰਗ ਜਾਂ ਫਿਰ ਬਾਹਰ ਦਾ ਜ਼ਿਆਦਾ ਖਾਣਾ ਜਾਂ ਫੋਲਟੀ ਈਟਿੰਗ ਪਾਣੀ ਇਨਟੇਕ ਜਿਹੜਾ ਹੈ ਉਹ ਘੱਟ ਹੋਵੇ ਤਾਂ ਇਹ ਇਮਬੈਲੈਂਸ ਆਫ ਬੈਕਟੀਰੀਆ ਬਣ ਸਕਦਾ ਹੈ। ਇਸ ਤੋਂ ਇਲਾਵਾ ਆਪਣੀ ਚੰਗੀ ਹਾਈਜੀਨ ਨਾ ਮੇਨਟੇਨ ਕਰਕੇ ਰੱਖਣਾ ਜਾਂ ਪਬਲਿਕ ਵਾਸ਼ਰੂਮਸ ਦਾ ਯੂਜ਼ ਹੋਣਾ ਜਾਂ ਫਿਰ ਮਲਟੀਪਲ ਸੈਕਸ਼ੁਅਲ ਪਾਰਟਨਰਸ ਦਾ ਹੋਣਾ ਅਨਪ੍ਰੋਟੈਕਟਿਡ ਇੰਟਰਕੋਰਸ। ਸੋ ਇਹ ਸਾਰੇ ਜਿਹੜੇ ਹੁੰਦੇ ਨੇ ਇਹ ਵਜਾਈਨਲ ਇਨਫੈਕਸ਼ਨ ਜਾਂ ਇਮਬੈਲੈਂਸ ਆਫ ਬੈਕਟੀਰੀਆ ਨੂੰ ਪ੍ਰਮੋਟ ਕਰਦੇ ਨੇ। ਇਸ ਤੋਂ ਇਲਾਵਾ ਕੁਛ ਚੀਜ਼ਾਂ ਹੈ ਜਿਵੇਂ ਕੋਪਰਟੀ ਜੇ ਬਹੁਤ ਟਾਈਮ ਤੋਂ ਇਨਸਰਟਿਡ ਹੈ ਉਹ ਵੀ ਸਿਮਟਮ ਇਨਫੈਕਸ਼ਨ ਦਾ ਆਪਾਂ ਨੂੰ ਦੇ ਸਕਦੀ ਹੈ। ਇਸ ਤੋਂ ਇਲਾਵਾ ਟੈਂਪੋਨਸ ਦਾ ਯੂਜ਼ ਕਰਨਾ ਜ਼ਿਆਦਾ ਦੇਰ ਟੈਂਪੋਨ ਜਿਹੜਾ ਹੈ ਜੇ ਆਪਾਂ ਨਹੀਂ ਰਿਮੂਵ ਕਰਦੇ ਤਾਂ ਉਹ ਵੀ ਇਨਫੈਕਟ ਹੋ ਸਕਦਾ ਹੈ। ਸੋ ਇਸ ਲਈ ਕੁਛ ਚੀਜ਼ਾਂ ਹੈ ਨੇ ਜੋ ਆਪਾਂ ਧਿਆਨ ਦੇ ਸਕਦੇ ਹਾਂ ਅਤੇ ਵਜਾਈਨਲ ਇਨਫੈਕਸ਼ਨ ਤੋਂ ਪ੍ਰੀਵੈਂਟ ਕਰ ਸਕਦੇ ਹਾਂ। ਹੁਣ ਜਿਹੜਾ ਵਜਾਈਨਲ ਡਿਸਚਾਰਜ ਹੈ ਉਹ ਬਹੁਤ ਤਰ੍ਹਾਂ ਦਾ ਹੁੰਦਾ ਹੈ। ਜੇ ਕਲੀਅਰ ਹੈ ਅਤੇ ਉਹਦੇ ਵਿੱਚ ਕੋਈ ਸਮੈਲ ਨਹੀਂ ਆ ਰਹੀ ਅਤੇ ਤੁਹਾਨੂੰ ਕੋਈ ਲੱਛਣ ਨਹੀਂ ਆ ਰਿਹਾ ਸੋ ਦੈਟ ਡਿਸਚਾਰਜ ਇਜ਼ ਟੋਟਲੀ ਨੋਰਮਲ। ਸੋ ਉੱਥੇ ਉਸ ਡਿਸਚਾਰਜ ਬਾਰੇ ਤੁਸੀਂ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਜੇ ਡਿਸਚਾਰਜ ਵਾਈਟ ਕਲਰ ਦਾ ਹੈ ਅਤੇ ਬਹੁਤ ਜ਼ਿਆਦਾ ਥਿੱਕ ਹੈ ਅਤੇ ਉਹਦੇ ਨਾਲ ਇਚਿੰਗ ਹੋ ਰਹੀ ਹੈ ਤਾਂ ਉਹ ਡਿਸਚਾਰਜ ਨਹੀਂ ਠੀਕ। ਇਸ ਤੋਂ ਇਲਾਵਾ ਗ੍ਰੀਨ ਕਲਰ ਦਾ ਡਿਸਚਾਰਜ ਜਾਂ ਯੈਲੋ ਕਲਰ ਦਾ ਡਿਸਚਾਰਜ ਹੋਣਾ ਜਾਂ ਫਿਰ ਕੋਈ ਮਿਕਸ ਕਲਰ ਕਦੀ ਗ੍ਰੀਨ ਜਾਂ ਕਦੀ ਯੈਲੋ ਡਿਸਚਾਰਜ ਆ ਰਿਹਾ ਹੈ ਤਾਂ ਉਹ ਵੀ ਡਿਸਚਾਰਜ ਠੀਕ ਨਹੀਂ ਹੈ। ਇਸ ਤੋਂ ਇਲਾਵਾ ਰਿਲੇਸ਼ਨ ਬਣਾਉਣ ਤੋਂ ਬਾਅਦ ਜੇ ਬਲੀਡਿੰਗ ਹੋ ਰਹੀ ਹੈ ਤਾਂ ਉਹ ਵੀ ਇੱਕ ਵਜਾਈਨਲ ਇਨਫੈਕਸ਼ਨ ਦਾ ਸਾਈਨ ਹੋ ਸਕਦਾ ਹੈ। ਸੋ ਆਪਾਂ ਹੁਣ ਜਾਣਾਂਗੇ ਕਿ ਵਜਾਈਨਲ ਹੈਲਥ ਨੂੰ ਕਿਵੇਂ ਮੇਨਟੇਨ ਕਰੋ ਤਾਂ ਕਿ ਵਜਾਈਨਲ ਇਨਫੈਕਸ਼ਨ ਦੂਰ ਰਹਿਣ। ਸੋ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪਣੀ ਜਦੋਂ ਵੀ ਤੁਸੀਂ ਕਲੀਨਿੰਗ ਕਰਦੇ ਹੋ ਸੋ ਕਲੀਨਿੰਗ ਸਿਰਫ ਇੱਕੋ ਵਾਰ ਕਰੋ ਵਜਾਈਨਲ ਏਰੀਆ ਦੀ। ਸੋ ਲਿਊਕੋਮ ਵਾਟਰ ਦੇ ਨਾਲ ਕਲੀਨ ਕਰੋ ਅਤੇ ਕੋਈ ਵੀ ਹਾਰਸ਼ ਕੈਮੀਕਲਸ ਨਹੀਂ ਯੂਜ਼ ਕਰਨੇ ਜਿਵੇਂ ਕਿ ਫੈਮਿਨਨ ਵਾਸ਼ਿਸ ਨੇ ਸੋ ਉਹ ਯੂਜ਼ ਨਹੀਂ ਕਰਨੇ ਆਪਾਂ। ਸੋ ਓਨਲੀ ਮਾਈਲਡ ਸੋਪ ਐਂਡ ਲਿਊਕੋਮ ਵਾਟਰ ਦੇ ਨਾਲ ਇੱਕ ਵਾਰ ਕਲੀਨ ਕਰਨਾ ਇੰਪੋਰਟੈਂਟ ਹੈ। ਬਾਰ ਬਾਰ ਹਰ ਰੋਜ਼ ਅਗੇਨ ਐਂਡ ਅਗੇਨ ਕਲੀਨ ਕਰਨਾ ਅਗੇਨ ਐਂਡ ਅਗੇਨ ਸੋਪ ਐਂਡ ਵਾਟਰ ਦਾ ਯੂਜ਼ ਕਰਨਾ ਵਜਾਈਨਲ ਏਰੀਆ ਦੇ ਵਿੱਚ ਚੰਗੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ ਅਤੇ ਇਨਫੈਕਸ਼ਨ ਦਾ ਰਿਸਕ ਵਧਾ ਦਿੰਦਾ ਹੈ। ਸੋ ਸਿਰਫ ਇੱਕੋ ਵਾਰ ਕਲੀਨ ਕਰੋ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਵਾਸ਼ਰੂਮ ਜਾਂਦੇ ਹੋ ਤਾਂ ਵਾਟਰ ਦੇ ਨਾਲ ਕਲੀਨ ਕਰਕੇ ਇੱਕ ਕੋਟਨ ਦੇ ਕਲੋਥ ਦੇ ਨਾਲ ਉਹਨੂੰ ਡਰਾਈ ਰੱਖੋ ਬਿਕੋਜ਼ ਜਿੰਨੀ ਦੇਰ ਉਹ ਵੈਟ ਰਹੇਗਾ ਅਤੇ ਇਨਫੈਕਸ਼ਨ ਦਾ ਰਿਸਕ ਵੱਧ ਜਾਂਦਾ ਹੈ। ਜਦੋਂ ਵੀ ਤੁਸੀਂ ਕਿਸੇ ਕਲੋਥ ਦੇ ਨਾਲ ਡਰਾਈ ਕਰ ਰਹੇ ਹੋ ਸੋ ਤੁਸੀਂ ਆਪਣੇ ਵਜਾਈਨਲ ਏਰੀਆ ਨੂੰ ਰਬ ਨਹੀਂ ਕਰਨਾ, ਸਿਰਫ ਹੌਲੀ ਹੌਲੀ ਪ੍ਰੈਸ ਕਰਕੇ ਉਹਨੂੰ ਡਰਾਈ ਕਰਨਾ ਹੈ ਅਤੇ ਕਦੇ ਵੀ ਬੈਕ ਤੋਂ ਲੈ ਕੇ ਫਰੰਟ ਤੱਕ ਕਲੀਨ ਨਹੀਂ ਕਰਨਾ, ਹਮੇਸ਼ਾ ਫਰੰਟ ਤੋਂ ਬੈਕ ਤੱਕ ਕਰਨਾ ਕਿਉਂਕਿ ਜਿਹੜੇ ਏਨਲ ਏਰੀਆ ਹੈ ਉੱਥੋਂ ਬੈਕਟੀਰੀਆ ਵਜਾਈਨਲ ਏਰੀਆ ਦੇ ਵਿੱਚ ਇਨਸਰਟ ਹੋ ਸਕਦੇ ਨੇ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਰਿਲੇਸ਼ਨ ਬਣਾਉਂਦੇ ਹੋ ਤਾਂ ਉਸ ਤੋਂ ਪਹਿਲਾਂ ਯੂਰਿਨ ਪਾਸ ਕਰਨਾ ਅਤੇ ਉਸ ਤੋਂ ਬਾਅਦ ਯੂਰਿਨ ਪਾਸ ਕਰਨਾ ਇੰਪੋਰਟੈਂਟ ਹੈ ਤਾਂ ਕਿ ਯੂਰਿਨ ਅਤੇ ਵਜਾਈਨਲ ਇਨਫੈਕਸ਼ਨ ਘੱਟ ਹੋਣ। ਇਸ ਦੇ ਨਾਲ ਨਾਲ ਆਪਣਾ ਤੁਹਾਨੂੰ ਇਹ ਚੀਜ਼ ਜਾਣਨੀ ਜ਼ਰੂਰੀ ਹੈ
कि केड़ा वजाइनल डिस्चार्ज जो है वो इन्फेक्टेड है, ताकि सही टाइम पे तुसी किसी गायनेकोलॉजिस्ट नाल कंसल्ट कर सको, बिकॉज ये बहुत टाइम का वजाइनल इन्फेक्शन होंदियां रहिंदियां ने ते ये अगे जाके काफ़ी प्रॉब्लम्स सानू दे सकते हैं। डिस्चार्ज दी इनफॉर्मेशन थोनू जरूर होनी चाहिए। एक चीज़ जिहड़ी है, अपनी डाइट दे विच प्रोबायोटिक्स जरूर ऐड करो, जिवें कि कर्ड जो सानू कर्ड तो मिलता है, लस्सी तो मिलता है, तो ये प्रोबायोटिक्स जो ने ये वजाइनल हेल्थ नू मेनटेन करके रखते हैं, तो चंगे बैक्टीरिया वजाइना के रखते हैं, जिसे करके इन्फेक्शन दूर रह जाते हैं। तो अपनी एक वजाइनल हेल्थ नू मेनटेन करना बहुत इंपॉर्टेंट है। तो ये वीडियो के राही मैं होप करती हाँ कि तुम्हें पता चलिया होएगा कि वजाइनल हेल्थ आप किवें मेनटेन करिए, वजाइनल इन्फेक्शन किवें आप दूर रख सकते हैं। धन्यवाद।